ਟੈਨਸ਼ਨ ਨਾ ਲਓ ਹਦਰੇ ਪਾਸੇ ਕਬੱਡੀ ਖੇਡ ਮੈਦਾਨ ਅੰਦਰ ਅਜੀ ਸਪਰੇ ਪਾਉਂਦੀ ਕਰਦੇ ਮੂਵ ਸਪਰੇ ਆ ਉਧਰੇ ਪਾਸੇ ਸੁੱਖਾ ਜਰੀਲਾ ਖੇਡ ਮੈਦਾਨ ਵਿੱਚ ਯਤਨ ਕਰ ਰਿਹਾ ਸੀ ਪਰ ਨੰਬਰ ਰੇਡਰ ਦੇ ਖਾਤੇ ਜੁੜ ਗਿਆ ਬਹੁਤ ਸੁੰਦਰ ਮੈਚ ਖੇਡਿਆ ਜਾ ਰਿਹਾ ਹੈ ਹਦਰੇ ਪਾਸੇ ਟੀਮ ਸੈਦੋਵਾਲ ਦੀ ਹੈ ਨਿਜਰਾਂ ਦੀ ਟੀਮ ਖੇਡਦੀ ਮੈਦਾਨ ਅੰਦਰ ਸੈਦੋਵਾਲ ਤੇ ਨਿਜਰਾਂ ਦੇ ਟੀਮ ਦੇ ਵਿੱਚੋਂ ਜਿਹੜੀ ਟੀਮ ਜਿੱਤੇਗੀ ਉਹ ਖੈਰੇ ਮਾਜੇ ਨਾਲ ਖੇਡੇਗੀ ਤੇ ਨੋਟ ਕੀਤਾ ਜਾਵੇ ਕਿ ਜਿਹੜੀ ਟੀਮ ਚੱਲਦੇ ਮੈਚ ਦੇ ਵਿੱਚੋਂ ਜਿੱਤੇਗੀ ਉਹ ਖੈਰੇ ਮਾਜੇ ਨਾਲ ਖੇਡੇਗੀ ਤੇ ਅਗਲਾ ਮੈਚ ਬਾਬਾ ਬਕਾਲਾ ਤੇ ਇੱਬਣ ਹੈ ਉਹਨਾਂ ਦੇ ਵਿੱਚੋਂ ਜਿਹੜੀ ਟੀਮ ਜਿੱਤੇਗੀ ਉਹ ਸੁਰਖਪੁਰ ਦੇ ਨਾਲ ਖੇਡੇਗੀ ਇਹ ਖਿਡਾਰੀ ਨੋਟ ਰੱਖਣ ਤੇ ਅਧਲੇ ਪਾਸੇ ਸ਼ਾਨਦਾਰ ਲੱਗਦਾ ਜੱਫਾ ਖੇਡ ਮੈਦਾਨ ਦੇ ਵਿੱਚ ਨੰਬਰ ਜਾਫੀ ਦੇ ਖਾਤੇ ਜੁੜਦਾ ਹੋਇਆ ਨਿਜਰਾਂ ਦੀ ਟੀਮ ਦੇ ਖਾਤੇ ਨੰਬਰ ਜੁੜਦਾ ਸ਼ੀਲੇ ਦਾ ਕੰਦਾ ਹਾਂਜੀ ਸਪਰੇ ਜਿਹੜੀ ਹੈ ਮੈਦਾਨ ਦੇ ਵਿੱਚ ਪਹੁੰਚੀ ਕਰਦੇ ਹੋ ਮੈਨੂੰ ਉਹਨਾਂ ਨੂੰ ਬੇਨਤੀ ਹੈ ਕੰਧਾਲਾ ਗੁਰੂ ਪਿੰਡਾ ਗੱਭਰੂ ਦਾ ਸ਼ਕਰਪੁਰ ਦੇ ਲਾਗੇ ਬਾਹੂਪੁਰ ਕੰਧਾਲਾ ਗੁਰੂ ਰੋਜੜੀ ਸਦਾਣਾ ਸ਼ਕਰਪੁਰ ਗੜੀ ਬਖਸ਼ਾ ਨਗਰ ਜਿਹੜੇ ਹੈ ਬੜੇ ਪ੍ਰਸਿੱਧ ਨੇ ਕਬੱਡੀ ਖੇਤਰ ਦੇ ਵਿੱਚ ਤੇ ਅਧਲੇ ਪਾਸੇ ਕਬੱਡੀ ਕੰਧਾਲੇ ਵਾਲੇ ਸ਼ੀਲੇ ਦੀ ਹੈ ਸੁੱਖਾ ਚਰੀਲਾ ਹਿੰਦਾ ਵੀ ਕੰਨੀ ਦੇ ਉੱਪਰ ਹੈ ਮੇਰੇ ਪੰਜਾਬੀ ਵੀਰੋ ਉਧਲੇ ਪਾਸੇ ਮਹੇਸ਼ੀ ਵੀ ਕਹਿੰਦਾ ਹੈ ਵੀ ਪੂਰੀ ਤਿਆਰੀ ਦੇ ਵਿੱਚ ਹੈ ਪਰ ਨੰਬਰ ਕੰਧਾਲੇ ਗੁਰੂ ਦਾ ਸ਼ੀਲਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਦਾ ਹੈ ਅਵਤਾਰੀ ਦਾ ਬਿਹਾਰੀਪੁਰ ਪਿੰਡ ਆ ਜਿੱਥੋਂ ਦੇ ਕਹਿੰਦੇ ਦੀ ਕਹਿੰਦੇ ਵੀ ਚੀਤੇ ਦੇ ਤੌਰ ਤੇ ਦੁਨੀਆ ਦੀਵਾਨੀ ਹੈ ਉਸੇ ਪਿੰਡ ਦਾ ਨੌਜਵਾਨ ਅਵਤਾਰੀ ਬਿਹਾਰੀਪੁਰੀ ਹੈ ਆਹ ਬਿੰਦੂ ਦਾ ਮੇਕੋਵਾਲ ਪਿੰਡ ਆ ਮੇਰੇ ਵੀਰੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਬਲਾਮ ਕਰਦਾ ਹੈ ਇਹ ਨੌਜਵਾਨ ਬਿੰਦੂ ਚੜ੍ਹਦੀ ਬਰੇਸ ਦਾ ਗੱਭਰੂ ਹੈ ਖੇਡ ਮੈਦਾਨਾਂ ਦੇ ਵਿੱਚ ਪੂਰੀ ਚਰਚਾ ਗੱਭਰੂ ਦੀ ਹੈ ਆਓ ਦੇਖਦੇ ਵੀ ਤਾਰੀ ਦੀ ਕਬੱਡੀ ਤੇ ਮੇਕੋਵਾਲ ਦਾ ਬਿੰਦੂ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੈ ਜੱਫਾ ਇੱਕ ਦੇ ਜ਼ੋਰ ਨਾਲ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਅੰਦੇ ਦੂਰ ਕਰ ਦਿੱਤੇ ਨੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਜੱਫਾ ਲੱਗਦਾ ਹੋਇਆ ਨੰਬਰ ਨਿਜਰਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਹੈਪੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜ਼ਮਾਨਾ ਅੱਜ ਖੜ ਖੜ ਕੇ ਅੱਜ ਖੈਰੇ ਮਾਜੇ ਦੇ ਖੇਡ ਮੈਦਾਨ ਦੇ ਵਿੱਚ ਲੱਗੀਆਂ ਪਈਆਂ ਰੌਣਕਾਂ ਬੱਲੇ ਬੱਲੇ ਹੋਈ ਪਈ ਹੈ 14 ਤਰੀਕ ਜਿਹੜੀ ਗੜੀ ਨੰਗਲ ਦੇ ਕਬੱਡੀ ਕੱਪ ਦੀ ਹੈ ਔਰ ਚਕਰਾਲੇ ਦੀ ਧਰਤੀ ਤੇ ਵੀ 14 ਤਰੀਕ ਨੂੰ ਰੌਣਕਾਂ ਲੱਗਣਗੀਆਂ ਸਾਰਿਆਂ ਨੂੰ ਸੱਦੇ ਦਿੱਤੇ ਜਾ ਰਹੇ ਨੇ ਬਾਹੂਪੁਰ ਦੀ ਧਰਤੀ ਤੇ ਅੱਜ ਤੋਂ ਸ਼ੁਰੂ ਹੋਇਆ ਖੇਡ ਮੇਲਾ ਕੱਲ ਨੂੰ 70 ਦੇ ਮੈਚ ਹੋਣਗੇ ਫਿਰ ਪਰਸੋਂ ਨੂੰ ਪਿੰਡ ਪੱਧਰ ਦੋ ਖਿਡਾਰੀ ਬਾਹਰਲੇ ਤੇ 51 ਤੇ 41,000 ਦੇ ਮਾਨ ਸਨਮਾਨ ਦਿੱਤੇ ਜਾਣਗੇ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਐਸੇ ਤਰ੍ਹਾਂ ਕਬੱਡੀ ਦੇ ਖਿਡਾਰੀਆਂ ਨੂੰ ਤੇ ਇਧਰਲੇ ਪਾਸੇ ਆਓ ਸੈਦੋਵਾਲੀਆ ਪਾਉਂਦਾ ਕਬੱਡੀ ਖੇਡ ਮੈਦਾਨ ਅੰਦਰ 4 ਖਿਡਾਰੀ ਤਿਆਰ ਨੇ ਮੈਚ ਵਧੀਆ ਚੱਲਦਾ ਹੋਇਆ ਦਰਸ਼ਕ ਆਨੰਦ ਮਾਣਦੇ ਚੱਲਦੇ ਮੈਚਾਂ ਦਾ ਹੁਣ ਦੇਖਦੇ ਹਾਂ ਵੀ ਕੀ ਗੱਲ ਬਣਦੀ ਹੈ ਵੀ ਬਿੰਦੂ ਲਾਉਂਦਾ ਜੱਫਾ ਜਾਂ ਨਹੀਂ ਇਸ ਸਮੇਂ ਦੀ ਗੱਲ ਹੈ ਤੇ ਉਧਰੇ ਪਾਸੇ ਡਬਲ ਗੱਜ ਦਾ ਇਸ਼ਾਰਾ ਪਾਲ ਸਿੰਘ ਜੀ ਪੰਡੋਰੀ ਫਗੂੜਿਆਂ ਵਾਲੇ ਇਸ਼ਾਰਾ ਕਰਦੇ ਹੋਏ ਵੀ ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ ਫੋੜ ਦੀ ਕਬੱਡੀ ਪੈਂਦੀ ਖੇਡ ਮੈਦਾਨ ਅੰਦਰ ਫੋੜ ਕਬੱਡੀ ਪਾ ਰਿਹਾ 4 ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਗੱਭਰੂ ਦਾ ਹਿੰਦਾ ਕਰੂ ਕਮਾਲ ਜਾਫਰ ਮਹੇਸ਼ੀ ਪਰ ਆਓ ਦੇਖਦੇ ਹਾਂ ਵੀ ਸੁੱਖੇ ਨੂੰ ਜਰੀਲਾ ਕਹਿੰਦੀ ਦੁਨੀਆ ਖੇਡ ਮੈਦਾਨ ਦੇ ਵਿੱਚ ਜੱਫਾ ਨਹੀਂ ਲਾ ਸਕਿਆ ਚੱਲ ਵੀ ਗੋਪੀ ਪਾ ਕਬੱਡੀ ਨੌਜਵਾਨ ਆਓ ਗੋਪੀ ਭੁਲਾਣਾ ਪਿੰਡ ਆ ਗੱਭਰੂ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ ਹੁਣ 4 ਖਿਡਾਰੀ ਇੱਧਰ ਵੀ ਪੂਰੀ ਤਿਆਰੀ ਦੇ ਵਿੱਚ ਨੇ ਦਰਸ਼ਕ ਵੀਰ ਆਨੰਦ ਮਾਣਦੇ ਨੇ ਖੈਰੇ ਮਾਝੇ ਦੇ ਸਲਾਨਾ ਖੇਡ ਮੇਲੇ ਦੀਆਂ ਰੌਣਕਾਂ ਲੱਗੀਆਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਐਨ ਕਹਿੰਦੇ ਵੀ ਪੂਰੇ ਪ੍ਰਬੰਧ ਕੀਤੇ ਹੋਏ ਆ ਇਧਰੇ ਪਾਸੇ ਬਿੰਦੂ ਕਪੂਰਥਲੀਆ ਗੋਪੀ ਤੇ ਹੁਸ਼ਿਆਰਪ੍ਰੀਆ ਬਿੰਦੂ ਇਸ ਵੇਲੇ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਔਖੜ ਦੇ ਪੈਰ ਲੱਗਦਾ ਜੱਫਾ ਤੇ ਨੰਬਰ ਨਿਜਰਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਨੰਬਰ ਨਿਜਰਾਂ ਦੀ ਟੀਮ ਦਾ ਅਗਲੀ ਕਬੱਡੀ ਸ਼ੀਲੇ ਦੀ ਆ ਕੰਧਾਲੇ ਗੁਰੂ ਦਾ ਸ਼ੀਲਾ ਕਬੱਡੀ ਪਾਉਂਦਾ ਖੇਡ ਮੈਦਾਨ ਅੰਦਰ ਉਧਰੇ ਪਾਸੇ ਹਿੰਦਾ ਨਾਲ ਕਹਿੰਦੇ ਵੀ ਸੁੱਖਾ ਜਰੀਲਾ ਮਹੇਸ਼ੀ ਕਰੂ ਕਮਾਲ ਖੇਡ ਮੈਦਾਨ ਅੰਦਰ ਹਰਭਜਨ ਸਿੰਘ ਜੀ ਖਹਿਰਾ ਸਾਹਿਬ ਆਸਟ੍ਰੇਲੀਆ ਤੋਂ ਵਿਸ਼ੇ ਤੌਰ ਦੇ ਉੱਪਰ ਪੁੱਜੇ ਹੋਏ ਨੇ ਸਾਡੇ ਇਸ ਖੇਡ ਮੇਲੇ ਦੇ ਮੇਨ ਪ੍ਰਬੰਧਕ ਨੇ ਉਹਨਾਂ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਐਲਾਨ ਹੋ ਗਿਆ ਕਿ ਅਗਲੇ ਸਾਲ
25 26 ਤੇ 27 ਜਨਵਰੀ ਸਨ 2018 ਨੂੰ ਰੌਣਕਾਂ ਲੱਗਣਗੀਆਂ ਇਸ ਖੇਡ ਮੈਦਾਨ ਦੇ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡਣਗੀਆਂ ਇਸ ਖੇਡ ਮੈਦਾਨ ਦੇ ਵਿੱਚ ਤੇ ਮੰਨਾ ਜੀ ਖੈਰਾ ਸਾਹਿਬ ਆਸਟ੍ਰੇਲੀਆ ਉਹਨਾਂ ਵੱਲੋਂ ਪਹਿਲਾ ਇਨਾਮ ਸਪਾਂਸਰ ਕੀਤਾ ਗਿਆ ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਤੇ ਇਧਰਲੇ ਪਾਸੇ ਹੁਣ ਖੇਡ ਮੈਦਾਨ ਦੇ ਵਿੱਚ ਤਾਰੀ ਦੀ ਪੈਂਦੀ ਕਬੱਡੀ ਲੱਗਦਾ ਜਫਾ ਖੇਡ ਮੈਦਾਨ ਅੰਦਰ ਜੀ ਦਾਰੀ ਦੇ ਨਾਲ ਆਤਮ ਵਿਸ਼ਵਾਸ ਦੇ ਨਾਲ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨੰਬਰ ਆਉ ਜਾਫੀ ਦਾ ਨੰਬਰ ਨਿਜਰਾਂ ਦੀ ਟੀਮ ਦਾ ਬਹੁਤ ਵਧੀਆ ਮੈਚ ਖੇਡ ਮੈਦਾਨ ਅੰਦਰ ਹੈਪੀ ਕਬੱਡੀ ਪਾਉਂਦਾ ਹੋਇਆ ਹੈਪੀ ਦੀ ਕਬੱਡੀ ਪੈਂਦੀ ਖੇਡ ਮੈਦਾਨ ਅੰਦਰ ਕਿਹਨੇ ਕਿਹਨੇ ਮਾਰੇ ਡੰਡ ਕਿਹਨੇ ਕਿਹਨੇ ਚੁੰਗੀਆਂ ਨੇ ਬੂਰੀਆਂ ਕਿਹਨੇ ਕਿਹਨੇ ਖਾਧੀਆਂ ਨੇ ਯਾਰੋ ਘਿਓ ਨਾਲ ਚੂਰੀਆਂ ਕਿਹਦਿਆਂ ਪੱਟਾਂ ਦੇ ਉੱਤੇ ਪਾਉ ਅੱਜ ਮੋਰ ਪਹਿਲਾਂ ਕਿਹਦੇ ਕਿਹਦੇ ਡੌਲਿਆਂ ਤੇ ਵੱਟੂ ਅੱਜ ਸ਼ੇਰ ਘੂਰੀਆਂ ਇਹਦੇ ਨਾਲ ਮੈਚ ਖਤਮ ਨਿਜਰਾਂ ਦੀ ਟੀਮ ਜੇਤੂ ਰਹੀ ਹੈ ਅਗਲਾ ਮੈਚ ਬਾਬਾ ਬਕਾਲਾ ਤੇ ਇਬਣ ਦੀ ਟੀਮ ਦਾ ਹੋਵੇਗਾ ਹੈਲੋ ਹੈਲੋ ਰਾਜਗੁਰੂ